21 ਅਕਤੂਬਰ ਨੂੰ ਹੋ ਰਹੀ ਫਗਵਾੜਾ ਦੀ ਜ਼ਿਮਨੀ ਚੋਣ ਲਈ ਕਾਂਗਰਸ ਬੜੇ ਅਗਰੈਸਿਵ ਵੇਅ ਦੇ ਨਾਲ ਚੋਣ ਮੈਦਾਨ ਵਿੱਚ ਉਤਰੀ ਹੈ, ਪਰ ਇਸ ਅਗਰੈਸਿਵ ਵੇਅ ਦੇ ਵਿੱਚ ਕਾਂਗਰਸ ਅਜਿਹੀਆਂ ਗਲਤੀਆਂ ਵੀ ਕਰ ਰਹੀ ਹੈ ਜੋ ਉਹ ਇਤਿਹਾਸ ਵਿੱਚ ਕਰ ਚੁੱਕੀ ਹੈ। ਹਾਲਾਂਕਿ 17 ਸਾਲ ਤੋਂ ਕਾਂਗਰਸ ਫਗਵਾੜਾ ਵਿਧਾਨ ਸਭਾ ਚੋਣ ਜੋ ਹੈ ਹਾਰਦੀ ਰਹੀ ਹੈ, ਅਤੇ ਪਿਛਲੀਆਂ 3 ਇਲੈਕਸ਼ਨਾਂ ਦੀ ਜੇ ਗੱਲ ਕਰੀਏ ਤਾਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਸ ਵਾਰ ਕਾਂਗਰਸ ਦੇ ਜੋਗਿੰਦਰ ਸਿੰਘ ਮਾਨ ਜੋ ਕਿ ਪਹਿਲੇ ਦਿਨ ਤੋਂ ਬਲਵਿੰਦਰ ਸਿੰਘ ਧਾਰੀਵਾਲ ਦੇ ਹੱਕ ਵਿੱਚ ਉਹ ਜੋ ਸਮਰਥਨ ਜੁਟਾ ਰਹੇ ਨੇ ਅਤੇ ਬਹੁਤ ਸਾਰੀਆਂ ਰੈਲੀਆਂ ਵੀ ਕਰ ਰਹੇ ਨੇ, ਪਰ ਤਾਜ਼ਾ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਜੋਗਿੰਦਰ ਸਿੰਘ ਮਾਨ ਨੂੰ ਹੁਣ ਕਾਂਗਰਸ ਦੀ ਆਊਟਡੋਰ ਮੀਡੀਆ ਐਡਵਰਟਾਈਜ਼ਮੈਂਟ ਤੋਂ ਦੂਰ ਕੀਤਾ ਜਾ ਰਿਹਾ ਹੈ। ਔਰ ਸਿੱਧਾ ਸਾਨੂੰ ਦਿਖਾਉਂਦੇ ਹਾਂ, ਇੱਕ ਅਜਿਹਾ ਬੋਰਡ ਹੈ ਪੇਪਰ ਮਿਲ ਚੌਂਕ 'ਤੇ, ਇੱਕ ਅਜਿਹਾ ਬੋਰਡ ਹੈ ਜੋ ਕਿ ਵੱਡਕਾਰੀ ਲੈਡ ਦਾ ਬੋਰਡ ਹੈ, ਔਰ ਜਿਸ ਵਿੱਚ ਭਾਜਪਾ ਨਾਲ ਭਾਜਪਾ ਤੋਂ ਕਾਂਗਰਸ ਵਿੱਚ ਸ਼ਾਮਿਲ ਹੋਏ ਮਿਊਂਸੀਪਲ ਕੌਂਸਲਰਾਂ ਦੀਆਂ ਤਸਵੀਰਾਂ ਨੇ। ਇਹਨਾਂ ਵਿੱਚ ਸੱਜੇ ਪਾਸੇ ਵੱਡਕਾਰੀ ਤਸਵੀਰ ਹੈ ਬਲਵਿੰਦਰ ਸਿੰਘ ਧਾਰੀਵਾਲ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ, ਅਤੇ 3 ਤਸਵੀਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪ੍ਰਧਾਨ ਖਾਸ ਤੌਰ 'ਤੇ ਉਹਨਾਂ ਦੇ ਨਾਲ ਨੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਜੋ ਕਿ ਪਹਿਲੇ ਦਿਨ ਤੋਂ ਹੀ ਪੂਰੀ ਕਮਾਂਡ ਜੋ ਹੈ ਉਹਨਾਂ ਦੇ ਅੰਡਰ ਹੈ, ਪਰ ਇਸ ਬੋਰਡ ਦੇ ਵਿੱਚ ਜੋਗਿੰਦਰ ਸਿੰਘ ਮਾਨ ਦੀ ਤਸਵੀਰ ਗਾਇਬ ਹੈ। ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪ੍ਰਸ਼ਨ ਹੈ, ਖਾਸ ਤੌਰ 'ਤੇ ਉਸ ਵੇਲੇ ਜਦੋਂ ਕਿ ਜੋਗਿੰਦਰ ਸਿੰਘ ਮਾਨ 5 ਵਿਧਾਨ ਸਭਾ ਚੋਣਾਂ ਇੱਥੋਂ ਲੜ ਚੁੱਕੇ ਨੇ, 3 ਵਾਰ MLA ਰਹਿ ਚੁੱਕੇ ਨੇ। ਇਸ ਸੰਬੰਧ ਦੇ ਵਿੱਚ ਹੁਣ ਕਾਂਗਰਸ ਦੇ ਵਿੱਚ ਵੀ ਉਥਲ ਪੁਥਲ ਹੋਣੀ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਕੁਛ ਸ਼ਹਿਰੀ ਜੋ ਕੌਂਸਲਰ ਹੈ ਉਹਨਾਂ ਨੇ ਇਤਰਾਜ਼ ਜਤਾਇਆ ਕਿ ਜੋਗਿੰਦਰ ਸਿੰਘ ਮਾਨ ਜਿਨ੍ਹਾਂ ਨੂੰ ਕਿਹਾ ਇਹੀ ਜਾ ਰਿਹਾ ਹੈ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਜਾ ਰਹੀਆਂ ਨੇ ਫਗਵਾੜਾ ਦੀਆਂ, ਪਰ ਜਿਸ ਤਰ੍ਹਾਂ ਹੁਣ ਆਊਟਡੋਰ ਐਡਵਰਟਾਈਜ਼ਮੈਂਟ ਤੋਂ ਉਹਨਾਂ ਦੀ ਫੋਟੋ ਵੀ ਗਾਇਬ ਹੋ ਗਈ ਹੈ, ਆਪਣੇ ਆਪ ਦੇ ਵਿੱਚ ਇੱਕ ਵੱਡਾ ਪ੍ਰਸ਼ਨ ਜੋ ਹੈ ਉਹ ਉਠਾਉਂਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸੇ ਸਾਲ ਹੋਈਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਵੀ ਕਾਂਗਰਸ ਦੇ ਸਾਰੇ ਧੜਿਆਂ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਹੁਣ ਇੱਕ ਪਲੇਟਫਾਰਮ 'ਤੇ ਇਕੱਠੀ ਹੈ, ਜਿਸ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਹੁਣ ਸਟੇਜਾਂ ਤੋਂ ਵੀ ਕਾਂਗਰਸ ਦੇ ਵੱਖ ਵੱਖ ਧੜੇ ਇੱਕ ਸਟੇਜ 'ਤੇ ਨੇ। ਪਰ ਕਾਂਗਰਸ ਇੱਥੋਂ ਹਾਰ ਗਈ ਸੀ ਅਤੇ ਰਾਜਕੁਮਾਰ ਚੱਬੇਵਾਲ ਫਗਵਾੜਾ ਤੋਂ 5000 ਤੋਂ ਵੱਧ ਵੋਟਾਂ ਦੇ ਨਾਲ ਹਾਰ ਗਏ ਸਨ, ਅਤੇ ਜੇਕਰ ਕਾਂਗਰਸ ਦੇ ਵਿੱਚ ਅਜਿਹੀ ਸਥਿਤੀ ਰਹੀ ਕਿ ਜੋਗਿੰਦਰ ਸਿੰਘ ਮਾਨ ਜੋ ਹੈ ਉਹਨਾਂ ਨੂੰ ਅਣਗੌਲਿਆਂ ਕਰਕੇ ਉਹਨਾਂ ਦੇ ਸਮਰਥਕਾਂ 'ਤੇ ਜੋ ਪ੍ਰਭਾਵ ਪੈ ਰਿਹਾ ਹੈ, ਜੇ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਇਸ ਵਾਰ ਵੀ ਚੋਣਾਂ ਦੇ ਵਿੱਚ ਕੋਈ ਵੱਡਾ ਉਥਲਪੁਥਲ ਬੋਰਡ ਜਾਂ ਵੱਡਾ ਪੋਸਟਰ ਜੋ ਹੈ ਇਲੈਕਸ਼ਨ ਕਮਿਸ਼ਨ ਦੀ ਸਹਿਮਤੀ ਤੋਂ ਬਗੈਰ ਜਾਂ ਉਹਨਾਂ ਦੀ ਅਪਰੂਵਲ ਤੋਂ ਬਗੈਰ ਨਹੀਂ ਲੱਗ ਸਕਦਾ। ਇਸ ਤੋਂ ਲੈ ਕੇ ਫਗਵਾੜਾ ਦੇ ਸਥਾਨਕ ਨੀਤੀਕਾਰ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਜੋ ਬੋਰਡ ਹੈ ਉਹਨਾਂ ਦੇ ਨੋਟਿਸ ਵਿੱਚ ਨਹੀਂ ਹੈ, ਕਿਉਂਕਿ ਜੇਕਰ ਇਹ ਬੋਰਡ ਦੀ ਇਲੈਕਸ਼ਨ ਕਮਿਸ਼ਨ ਤੋਂ ਪ੍ਰਵਾਨਗੀ ਲਈ ਹੋਏਗੀ ਤਾਂ ਉਸ ਦਾ ਮੈਟਰ ਵੀ ਦੇਖਿਆ ਹੋਏਗਾ। ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਜਿਹਾ ਹੋਰ ਵੀ ਕਾਂਗਰਸ ਕਰਦੀ ਹੈ ਖਾਸ ਤੌਰ 'ਤੇ, ਅਤੇ ਉਸ ਦਾ ਵੱਡਾ ਖਮਿਆਜ਼ਾ ਭੁਗਤਣਾ ਪਏਗਾ। ਇੱਥੇ ਜ਼ਿਕਰਯੋਗ ਹੈ ਕਿ ਕੱਲ੍ਹ ਕਾਂਗਰਸ ਨੇ ਭਾਜਪਾ ਦੀ MC ਰੀਟਾ ਜੋ ਕਿ ਸ਼ਿਵਪੁਰੀ ਤੋਂ ਨੇ, ਮੈਡਮ ਰੀਟਾ, ਉਹਨਾਂ ਦਾ ਦਾਅਵਾ ਕੀਤਾ ਸੀ ਕਿ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ, ਅਤੇ ਬਕਾਇਦਾ ਇਸ ਲਈ ਮੀਡੀਆ ਦੇ ਵਿੱਚ ਜੋ ਇੱਕ ਫੋਟੋ ਹੈ ਫੇਸਬੁੱਕ ਵਟਸਐਪ 'ਤੇ ਉਹ ਵੀ ਚੱਲੀ ਸੀ, ਜਿਸ ਵਿੱਚ ਭਾਜਪਾ ਤੋਂ ਸ਼ਾਮਲ ਹੋਏ ਕਾਂਗਰਸ ਦੇ ਕੌਂਸਲਰਾਂ ਦਾ ਜੋ ਹੈ ਉਹ ਤਸਵੀਰ ਦੇ ਵਿੱਚ ਵਿਕਟਰੀ ਨਿਸ਼ਾਨ ਬਣਾ ਰਹੇ ਨੇ। ਉਸ ਵਿੱਚ ਮੈਡਮ ਰੀਟਾ ਵੀ ਸੀ, ਪਰ ਕੁਝ ਘੰਟਿਆਂ ਬਾਅਦ ਉਹ ਦੁਬਾਰਾ ਫਿਰ ਭਾਜਪਾ ਦੇ ਵਿੱਚ ਪਰਤ ਆਏ ਨੇ। ਕਾਂਗਰਸ ਇਸ ਚੋਣ ਮਹਿਮ ਨੂੰ ਅਗਰੈਸਿਵ ਵੇ ਨਾਲ ਚਲਾਉਣਾ ਚਾਹੁੰਦੀ ਹੈ, ਪਰ ਉਸ ਅਗਰੈਸਿਵ ਵੇ ਦੇ ਵਿੱਚ ਜੇਕਰ ਉਹ ਅਜਿਹੀਆਂ ਗਲਤੀਆਂ ਕਰਦੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਵੱਡਾ ਖਮਿਆਜ਼ਾ ਕਾਂਗਰਸ ਨੂੰ ਭੁਗਤਣਾ ਪਏਗਾ। ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਣਾ ਦੀ ਰਿਪੋਰਟ।